फगवाड़ा नज़दीक पिंड खंगूड़ा विखे उस समय माहौल तनावपूर्ण हो गया जदों पिंड के कुछ लोगों वालों एक गली विच नजायज़ गटर बना के किए गए कब्जे को मांजो कोर्ट वालों जारी किए वारंट के आधार पर प्रशासनिक अधिकारी नायब तहसीलदार पवन कुमार और बी डी पी ओ फगवाड़ा रामपाल सिंह राणा पूरी टीम नाल नजायज़ कब्जे छुड़वाने पहुँच गए। इस दौरान जिथे प्रशासनिक अधिकारियों वालों गली विच किए गए नजायज़ कब्जे को छुड़वा के बनाए गए गटर ढुआए गए उत्थे ही गली विच मौजूद लोगों ने पिंड की सरपंच रणजीत कौर उपर धक्का करन दे गंभीर दोष लगाए ने। गली विच गटर बनाउण वाले लोगों का कहना है कि पिंड दी सरपंच रणजीत कौर अते पंच ने ज्योति वालों अपनी गली दे बाहर पंज गटर बनाए गए हैं जबकि प्रशासन वालों उन्होंने गटर नहीं ढुआए गए अते उन्होंने गटर ढोण लई गली पुट दित्ती गई है। उन्हें प्रशासन अगे इंसाफ की गुहार लगाई है। मामला की है जिहड़ा अज मामला गटर दा जी अते इनके 35 साल पहले सरपंच ने इसे कहा सी इन्हां नूं कि तुसीं गटर अंदर बना लो। इन्हां दी सोच इह सी कि भई असीं साडे वर्गा किसे बनाउणा नहीं हैगा घर बेस लैन च होर बनना नहीं हैगा घर ਇਹਦਾ ਸਰਪੰਚ ਦੇ ਠੇਕਿਆਂ ਦੇ ਕੀ ਸਦਕੇ ਆ ਯਾਨੀ ਕਿ ਉਹਨੇ ਯਾਨੀ ਕਿ ਕਵਰ ਕਰ ਤੋਂ ਬੰਦ ਕਰ ਛੱਪੜ ਪੋੜ ਦਿੱਤਾ ਅਤੇ ਥਾਂ ਜਗ੍ਹਾ ਨਿਕਲਿਆ ਜੀ। ਹੁਣ ਰੋਡ ਚੈੱਕ ਹੋ ਗਿਆ ਸਾਡੀ ਪਹਿਲਾਂ ਥੱਲੇ ਸੀਗਾ ਜ਼ਮੀਨ ਦੇ ਅੰਦਰ ਪਾਣੀ ਜਾਂਦਾ ਸੀਗਾ ਅਸੀਂ ਚੱਕ ਲਿਆ ਅਤੇ ਗਟਰ ਇਹਨਾਂ ਦਾ ਨਹੀਂ ਹੋ ਗਿਆ ਰੋਡ ਦੇ ਹਿਸਾਬ ਨਾਲ ਯਾਨੀ ਕਿ ਗਟਰ ਥੱਲੇ ਚੱਲ ਗਿਆ ਇਹਨਾਂ ਦਾ। ਇਹ ਕਹਿੰਦੇ ਉਸ ਲੈਵਲ ਦਾ ਬਣਾਓ ਉਸ ਲੈਵਲ ਨਾਲ ਦੇਖਿਆ ਜਾਵੇ ਤਾਂ ਜਿਹੜਾ ਆਹ ਸੀਵਰ ਪੈਂਦਾ ਆ ਨਾਲ ਇਹ ਸੀਵਰ ਬਹੁਤ ਥੱਲੇ ਆ ਇਹ ਸੀਵਰ ਚੱਕ ਕੇ ਯਾਨੀ 4-5 ਇੰਚ ਸਿਰਫ ਪੈਪ ਉੱਪਰ ਪਾਇਆ ਸਿਰਫ ਅਤੇ ਇਸ ਚੱਕਰ ਦੇ ਵਿੱਚ ਕਹਿੰਦੇ ਤੁਸੀਂ ਗਟਰ ਢਾ ਦਿਓ ਬਸ ਇਹਨਾਂ ਦਾ ਸਹੀ ਹੈ ਯਾਨੀ ਕਿ ਸਾਡਾ ਗਲਤ ਹੋ ਗਿਆ। ਸਰਪੰਚ ਕੌਣ ਹੈ ਇੱਥੇ ਦੇ? ਸਰਪੰਚ ਆ ਗਿਆ ਸਾਰੀਆਂ ਲੋਕਾਂ ਦੀਆਂ ਮੋਟਰਾਂ ਵੀ ਬਾਹਰ ਵਾ ਸਾਰਾ ਕੁਝ ਬਾਹਰ ਵਾ। ਨਾਂ ਕੀ ਹੈ ਜੀ ਉਹਨਾਂ ਦਾ? ਸਰਪੰਚ ਦਾ ਨਾਂ ਕੀ ਹੈ? ਰਣਜੀਤ ਕੌਰ ਵਾ ਜੀ। ਜੋਤੀ ਪੰਚਣੀ ਹੈ। ਜੋਤੀ ਪੰਚਣੀ ਦੇ ਚਾਚੇ ਦਾ ਉਹ ਗਟਰ ਸੀ ਉਹਨੇ ਕਰਕੇ ਜਾਂ ਧਵਾਏ ਆ ਉੱਥੇ ਤੱਕ ਗਟਰ ਬਣੇ ਉਹ ਸਾਹਮਣੇ ਕਰਦਾ। उधर इस संबंधी गलबात करदे पिंड दी सरपंच बीबी रणजीत कौर अते पंचनी ज्योति ने कहा कि पंचायत वालों इन्हां लोकां नूं बार बार कहा गया सी पर इन्हां वालों पंचायत दी भी गल नहीं मन्नी गई सगों उन्हां नाल लड़ाई झगड़ा ही कीता जांदा रहा जिस तों बाद ही मांजो कोर्ट दा सहारा लै के इन्हां नजायज़ कब्जे छुड़वाए गए ने। मैं रणजीत कौर हां जी सरपंच पिंड खंगूड़ा। हां जी की मामला की है जी? मामला यही है सर जिदा इन्हां नजायज़ गटर बनाए सके उच्चे नीवें इक पिछला घर जिहड़ा वो ज़्यादा नीवां सी ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਉਹਦਾ ਤਾਂ ਬਰੋਬਰ ਕਰ ਲਓ ਗਲੀ ਦੇ ਸੜਕ ਦੇ ਬਰੋਬਰ ਅਤੇ ਇਹਨੇ ਸਾਡੀ ਇੱਕ ਨਹੀਂ ਮੰਨੀ ਸਮਾਂ ਜਦੋਂ ਅਸੀਂ ਕਹਿਣਾ ਸਾਨੂੰ ਇਹਨੂੰ ਗਾਲਾਂ ਕੱਢਣੀਆਂ 4 ਸਾਲ ਸਾਨੂੰ ਹੋ ਗਏ ਇੱਦਾਂ ਇਹਨਾਂ ਨੂੰ ਕਹਿੰਦੇ ਹਨ। ਬੀ ਡੀ ਓ ਸਾਹਿਬ ਦੇ ਗਏ ਉੱਥੇ ਵੀ ਇਹਨਾਂ ਨੇ ਮੁਕਰ ਗਏ ਕਹਿ ਕੇ ਵੀ ਕੀਤਾ ਨਹੀਂ ਕੰਮ ਇਹਨੂੰ। ਅਤੇ ਪਿੰਡ ਵਾਸੀਆਂ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ? ਬੈਠਕ ਹੋਈ ਕੋਈ? ਹਾਂਜੀ ਪਿੰਡ ਵਾਸੀਆਂ ਨਾਲ ਕੋਈ ਬੈਠਕ ਹੋਈ ਹੈ ਇਸ ਮਾਮਲੇ ਨੂੰ ਲੈ ਕੇ? ਇਹੀ ਗੱਲ ਸਾਡੇ ਨਾਲ ਸੀਗੀ ਜੀ ਵੀ ਤੁਸੀਂ ਨੀਵੇਂ ਕਰਵਾ ਦਿਓ। ਹਾਂਜੀ ਵੀ ਚੜਵਾਓ ਨਾ ਅਤੇ ਅਸੀਂ ਇਹਨਾਂ ਦੀ ਮਿਹਨਤਾਂ ਬਹੁਤ ਕਰ ਲਈਆਂ ਸਰਪੰਚ ਹੋ ਗਿਆ ਸੀ ਮੈਂ ਆਹ ਮਿਹਨਤਾਂ ਕੀਤੀਆਂ ਇਹਨਾਂ ਦੀ ਇਹ ਪਰ ਮੰਨੇ ਨੇ। ਅੱਜ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਪ੍ਰਸ਼ਾਸਨ ਅਧਿਕਾਰੀ ਜਨ ਆਏ ਆ ਹਾਂਜੀ ਤੇ ਕਬਜ਼ਾ ਛਡਾ ਰਹੇ ਆ। ਹਾਂਜੀ ਅਸੀਂ ਇਹੀ ਕਹਿਣਾ ਚਾਹੁੰਦੇ ਜੋ ਪ੍ਰਸ਼ਾਸਨ ਕਰ ਲਵੇ ਸਹੀ ਆ ਅਸੀਂ ਨਾਲ ਆ ਉਹਨਾਂ ਸਾਰੀ ਪੰਚਾਇਤ। ਸਰ ਮੇਰਾ ਨਾਮ ਜੋਤੀ ਆ ਜੀ ਖੰਗੂੜਿਆਂ ਤੋਂ ਪੰਚਾਇਤ ਮੈਂਬਰ ਆ। ਹਾਂਜੀ ਮੈਡਮ ਮਾਮਲਾ ਕੀ ਆ ਜਿਹੜਾ ਖੰਗੂੜੇ ਪਿੰਡ ਦੇ ਵਿੱਚ ਅੱਜ ਜਿਹੜਾ ਇਹ ਸਰ 5-6 ਬੰਦਿਆਂ ਨੇ ਜੀ ਨਜਾਇਜ਼ ਕਬਜ਼ਾ ਕੀਤਾ ਸੀਗਾ ਗਲੀ ਤੇ ਜੀ ਅਤੇ ਇਹਨਾਂ 'ਤੇ ਜੀ ਕਪੂਰ ਪਹਿਲਾਂ ਬੀ ਡੀ ਓ ਸਾਹਿਬ ਨੇ ਇਹਨਾਂ ਨੂੰ ਕਿਹਾ ਵੀ ਜਿਹੜਾ ਨਜਾਇਜ਼ ਕਬਜ਼ਾ ਅਸੀਂ ਸਰਕਾਰੀ ਗਲੀ ਬਣਾਉਣੀ ਆ ਵੀ ਤੁਸੀਂ ਇਹ ਲੈਵਲ 'ਚ ਕਰ ਲਓ ਬੰਦੇ ਮੰਨੇ ਨਹੀਂ ਜੀ। ਪੰਚਾਇਤ ਨੇ ਵੀ ਮਿਹਨਤਾਂ ਕੀਤੀਆਂ ਪੰਚਾਇਤ ਨੇ ਜੀ ਇਹਨਾਂ ਨੂੰ ਸਰਕਾਰੀ ਨੋਟਿਸ ਭੇਜੇ ਉਦੋਂ ਬਾਅਦ ਜੀ ਮਾਮਲਾ ਡੀ ਡੀ ਪੀ ਓ ਦੀ ਕੋਰਟ 'ਚ ਚੱਲ ਗਿਆ। ਆਹ ਜੀ ਡੀ ਡੀ ਪੀ ਓ ਦੀ ਕੋਰਟ ਦੇ ਵਿੱਚੋਂ ਅਸੀਂ ਜੀ ਕੇਸ ਪੰਚਾਇਤ ਜਿੱਤ ਗਈ ਜੀ। ਆਹ ਦੇਖੋ ਪੰਚਾਇਤ ਕੇਸ ਡੀ ਡੀ ਪੀ ਓ ਦੀ ਕੋਰਟ 'ਚ ਜਿੱਤ ਗਈ ਮੁੜ ਕੇ ਜੀ ਇਹਨਾਂ ਨੇ ਬੰਦਿਆਂ ਨੇ ਸਰਕਾਰੀ ਸਟੇ ਲੈ ਲਈ ਜੀ ਫਗਵਾੜੇ ਸਟੇ ਲੈ ਲਈ ਅਤੇ ਉਸ ਤੋਂ ਬਾਅਦ ਜੀ ਆਹ ਇਹਨਾਂ ਦੀ ਸਟੇ ਵੀ ਟੁੱਟ ਗਈ। ਸਟੇ ਟੁੱਟਣ ਤੋਂ ਬਾਅਦ ਜੀ ਅੱਜ ਪੂਰੇ ਅਫਸਰ ਜੀ ਬੀ ਡੀ ਓ ਦਫ਼ਤਰ ਵਾਲੇ ਤਹਿਸੀਲਦਾਰ ਸਾਹਿਬ ਸਾਰੇ ਜੀ ਆਏ ਆ ਮੌਕੇ 'ਤੇ ਜੀ ਨਜਾਇਜ਼ ਕਬਜ਼ਾ ਛਡਾਉਣ ਆਏ ਆ। ਅਤੇ ਕਬਜ਼ਾ ਛੁੱਟ ਗਿਆ ਇਹਨਾਂ ਦਾ? ਹਾਂਜੀ ਜੀ ਛਡਾਉਂਦੇ ਪਏ ਜੀ ਅਸੀਂ ਵੀ ਚੱਲਦੀ। ਅਤੇ ਕੀ ਪ੍ਰਸ਼ਾਸਨ ਕੋਲ ਮੰਗ ਰੱਖਦੇ ਆਪਾਂ? ਪ੍ਰਸ਼ਾਸਨ ਕੋਲ ਜੀ ਮੰਗ ਠੀਕ ਆ ਜੀ ਜੋ ਜੱਜ ਦੇ ਆਰਡਰ ਸੀਗੇ ਪ੍ਰਸ਼ਾਸਨ ਕਰਾ ਰਿਹਾ ਸੀ ਉਹਨਾਂ ਦੇ ਨਾਲ ਆ ਜੀ ਪੰਚਾਇਤ ਸਾਰੀ। ਅਤੇ ਪਿੰਡ ਵਾਸੀਆਂ ਦਾ ਆਰੋਪ ਆ ਕਹਿੰਦੇ ਕਿ ਮੈਡਮ ਦੇ ਕਰਦੇ ਅੱਗੇ 5 ਗਟਰ ਆ। ਹਾਂਜੀ ਉਹ ਨਹੀਂ ਮਤਲਬ ਕਿ ਚੜਾਏ ਗਏ ਤੇ ਸਾਡੇ ਵੱਲ ਮੇਰਾ ਘਰ ਹੈਗਾ ਆ ਜੀ ਇਧਰਲੀ ਸਾਈਡ ਜਿਹੜਾ ਕੇਸ ਲੱਗਾ ਆ ਜੀ ਉਹ ਸਾਰੇ ਬੰਦਿਆਂ ਤੇ ਹੀ ਲੱਗਾ ਹੈ। ਆਹ ਦੇਖੋ ਜੀ ਮੇਰੇ ਸਗੇ ਚਾਚੇ ਤੇ ਜੀ ਕੇਸ ਆ ਜੀ ਜਸਪਾਲ ਮੇਰਾ ਸਗਾ ਚਾਚਾ ਆ ਜੀ ਇਹਦੇ ਤੇ ਵੀ ਕੇਸ ਆ ਜੀ। ਤੇ ਅੱਜ ਮਗੀ ਕਬਜ਼ਾ ਛੱਡ ਦੂਗੇ? ਹਾਂਜੀ ਜੀ ਜੀ ਪ੍ਰਸ਼ਾਸਨ ਖੜਾ ਆ ਜੀ ਪ੍ਰਸ਼ਾਸਨ ਜੋ ਕਰਨਾ। ਹਾਂਜੀ ਜੀ इस मौके गलबात करदे बी डी पी ओ रामपाल सिंह राणा ने कहा कि पिंड की एक गली के कुछ लोगों वालों गली विच ही गटर बना के नजायज़ कब्जा किया गया सी जिसनू मांजो कोर्ट के वारंट मिलने तो बाद ही छुड़वाया गया है। ग्राम पंचायत खंगूड़ा पिंड एक गली का सीगा वो जिहड़े प्राइवेट घर सीगे
ਅਤੇ ਉਹਨਾਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਗਿਆ ਸੀਗਾ। ਉਹ ਬਤੌਰ ਗਟਰ ਬਣਾਏ ਗਏ ਅਤੇ ਆਪਣੇ ਟੁੱਲੂ ਪੰਪ ਜਿਹੜੇ ਹੈਗੇ ਆ ਬਾਹਰ ਬੋਰ ਕਰਵਾ ਕੇ ਅਤੇ ਉਹ ਲਗਾਏ ਗਏ ਆ। ਅਤੇ ਇਹਦੇ ਵਿੱਚ ਜਿਹੜਾ ਕੇਸ ਆ ਮਾਨਯੋਗ DDPO ਦੀ ਅਦਾਲਤ ਵਿੱਚ 2 ਸਾਲ ਤੋਂ ਕੇਸ ਚੱਲਿਆ। ਇਹਨਾਂ ਨੂੰ ਕਈ ਵਾਰੀ ਪੰਚਾਇਤਾਂ ਨੇ ਨੋਟਿਸ ਵੀ ਭੇਜੇ ਵੀ ਮਤਲਬ ਤੁਸੀਂ ਇਹਦਾ ਸਹੀ ਕਰ ਲਓ। ਉਹ ਦੇਖੋ ਦੇਖੀ ਸਾਰਿਆਂ ਨੇ ਮਤਲਬ 4-5 ਘਰ ਹੈਗੇ ਆ ਉਹਨਾਂ ਨੇ ਇਹ ਜਿਹੜਾ ਕੀਤਾ। ਹੁਣ ਸਾਨੂੰ ਦਸੂ ਪ੍ਰਾਂਤ ਜਿਹੜੇ ਹੈਗੇ ਮਾਨਯੋਗ PDP ਦੇ ਅਦਾਲਤ ਵੱਲੋਂ ਆਏ ਆ। ਅਸੀਂ ਇਹ ਜਿਹੜਾ ਨਜਾਇਜ਼ ਕਬਜ਼ਾ ਹੋ ਰਿਹਾ ਪੰਚਾਇਤੀ ਜ਼ਮੀਨ 'ਤੇ ਸ਼ੁਭਨਾਮ ਬਣਾਏ ਆ। इस मौके गलबात करदे थाना सदर दे SHO सुरजीत सिंह ने दस्या कि उक्त पिंड विच किसी प्रकार की कोई घटना ना वापरे, इसलिए पुलिस प्रशासन वालों सुरक्षा के बंदोबस्त किए गए हैं। ਖਗੂੜਾ ਪਿੰਡ आए हैं, इतने एक गली का है झगड़ा जिंदा पहलों DDPO साहब ने केस किया पंचायत के हक च। हूँ सिविल केस इन्होंने स्टे लिया ही, वो सिविल केस ने जो पंचायत के हक कर दिता। वो अज वह दाखिल ਉਹ ਤਹਿਸੀਲਦਾਰ ਸਾਹਿਬ ਆਏ ਆ ਨੈਬ ਪਵਨ ਜੀ, ਉਹ ਕਰਾ ਰਹੇ ਆ। ਅਸੀਂ SHO ਕੋਈ ਇੱਥੇ ਅਣਸਖਾ ਵੀ ਘਟਣਾ ਨਾ ਵਾਪਰ ਜੇ ਉਹਦੇ ਸੰਬੰਧ 'ਚ ਅਸੀਂ ਆਏ ਹਾਂ। ਜੋ ਮਾਹੌਲ ਸ਼ਾਂਤ ਆ, ਪੀਸਫੁਲੀ ਆ, 50% ਕੰਮ ਹੋ ਗਿਆ, 50 ਰਹਿ ਗਿਆ ਉਹ ਵੀ ਹੋ ਜਾਏਗਾ ਕੁਛ ਮਿੰਟਾਂ 'ਚ।